ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਾਰੀ ਫੇਰ ਹਾਜ਼ਰ ਹਾਂ ਤੁਹਾਡੇ ਆਪਣੇ ਜਨਰਲ ਰਮਨ ਇੰਸਟੀਚਿਊਟ ਦੀ ਅਤੇ ਇਸ ਵਕਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਦੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਨ ਬਾਈ ਲੇਟੈਸਟ ਵੀਡੀਓ ਆ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ ਸੋ ਇਸ ਚੈਨਲ ਉਤੇ ਪੀਐਸਟੈਡ ਸੀਟੈਡ ਮਾਸਟਰ ਗ੍ਰੇਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅ ਸੱਜੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਲੇਟੈਸਟ ਕਰੰਟ ਅਫੇਅਰ ਜੋ 2020 ਦੇ ਨਾਲ ریلیਟਡ ਹੈ ਸੋ ਕਰੰਟ ਅਫੇਅਰ ਦੇ ਅਧੀਨ ਆ ਵੀ ਕਿ ਜੋ ਕਿ ਐਨਟੀਟੀ ਪਟਵਾਰੀ ਐਸਐਸਸੀ ਨੈਤ ਤਸੀਲਦਾਰ ਦੇ ਨਾਲ ਸੰਬੰਧਿਤ ਜਿਹੜੀ ਹੈ ਇਹ ਰਹੇਗੀ ਸੋ ਪਾਰਟ ਨੰਬਰ 8 ਤੋਂ ਲੈ ਕੇ 7 ਪਾਰਟ ਜਿਹੜੇ ਕੋ ਕੰਪਲੀਟ ਹੋ ਚੁੱਕੇ ਨੇ ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਜਿਹੜਾ ਦੇਖ ਸਕਦੇ ਹੈਗੇ ਹੋਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣੀਆਂ ਸੋ ਹਰ ਸੰਡੇ PDF ਤੁਹਾਨੂੰ ਜਿਹੜੀਆਂ ਅਵੇਲੇਬਲ ਹੁੰਦੀਆਂ ਹੈਗੀਆਂ ਨੇ ਔਰ ਇਹ ਗਰੁੱਪ ਆਫ ਏਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਭੇ ਕਰਕੇ ਤੁਸੀਂ ਇਸ ਦੇ ਵਿੱਚ ਜੜਾ ਐਡ ਹੋ ਸਕਦੇ ਹੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਸ਼ੁਰੂ ਕਰਦੇ ਆਂ ਸੈਸ਼ਨ ਅੱਜ ਦਾ ਸੋ 168 ਨੰਬਰ ਕੁਐਸਚਨ ਹੈ 145 ਪਹਿਲਾ ਕੁਐਸਚਨ ਜਿਹੜੀ ਹੋ ਚੁੱਕੇ ਹੈਗੇ ਨੇ ਕਿ ਮਹਾਰਾਸ਼ਟਰ ਸਰਕਾਰ ਨੇ ਮਹਾਰਾਸ਼ਟਰ ਖੇਤੀਬਾੜੀ ਕਾਰੋਬਾਰ ਨੈਟਵਰਕ ਪ੍ਰੋਜੈਕਟ ਨੂੰ ਲਗਭਗ 1000 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਬੈਂਕ ਪ੍ਰੋਜੈਕਟ ਨੂੰ 70% ਫੰਡ ਪ੍ਰਦਾਨ ਕਰੇਗਾ? ਆਪਸ਼ਨ 1 ਹੈ ਏਸ਼ੀਅਨ ਬੁਨਿਆਦੀ ਢਾਂਚਾ ਨਿਵੇਸ਼ ਬੈਂਕ, ਆਪਸ਼ਨ 2 ਹੈ ਨਵਾਂ ਵਿਕਾਸ ਬੈਂਕ, ਆਪਸ਼ਨ 3 ਹੈ ਏਸ਼ੀਅਨ ਵਿਕਾਸ ਬੈਂਕ ਅਤੇ ਆਪਸ਼ਨ 4 ਹੈ ਵਿਸ਼ਵ ਬੈਂਕ। ਤਾਂ ਮਹਾਰਾਸ਼ਟਰ ਸਰਕਾਰ ਨੇ ਖੇਤੀਬਾੜੀ ਨੂੰ ਪ੍ਰੋਮੋਟ ਕਰਨ ਦੇ ਲਈ ਜਾਂ ਖੇਤੀਬਾੜੀ ਦਾ ਜਿਹੜਾ ਨੈਟਵਰਕ ਉਸ ਨੂੰ ਵਧਾਉਣ ਦੇ ਲਈ ਕਹਿ ਸਕਦੇ ਹਾਂ 1000 ਕਰੋੜ ਰੁਪਏ ਦੀ ਜਿਹੜੀ ਕਹਿ ਸਕਦੇ ਆ ਮਨਜ਼ੂਰੀ ਦਿੱਤੀ ਹੈਗੀ ਆ ਤਾਂ ਇਹ ਬੈਂਕ ਦੇ ਇਹ ਬੈਂਕ ਵੱਲੋਂ ਜਿਹੜਾ ਪ੍ਰੋਜੈਕਟ ਆ ਉਹ ਜਿਹੜਾ ਫੰਡ ਦਿੱਤਾ ਜਾਣਾ 70% ਤਾਂ ਉਹ ਬੈਂਕ ਦਾ ਨਾਮ ਹੈ ਏਸ਼ੀਅਨ ਵਿਕਾਸ ਬੈਂਕ ਇਸ ਬੈਂਕ ਦੇ ਵੱਲੋਂ 70% ਫੰਡ ਜਿਹੜਾ ਉਹ ਮਹਾਰਾਸ਼ਟਰ ਸਰਕਾਰ ਨੂੰ ਦਿੱਤਾ ਜਾਊਗਾ ਯਾਨੀ ਕਿ 1000 ਕਰੋੜ ਦੇ ਵਿੱਚੋਂ 700 ਕਰੋੜ ਰੁਪਏ ਜਿਹੜਾ ਉਹ ਏਸ਼ੀਅਨ ਵਿਕਾਸ ਬੈਂਕ ਜਿਹੜਾ ਦੇਵੇਗੀ ਨੈਕਸਟ ਹੈ 147 ਨੰਬਰ ਭਾਰਤ ਸਰਕਾਰ ਨੇ 8 ਮਿਲੀਅਨ ਪਾਉਂਡ ਦੇ 5 ਨਵੇਂ ਚਿਕਿਤਕ ਖੋਜ ਪ੍ਰੋਜੈਕਟਾਂ ਲਈ ਕਿਸ ਦੇਸ਼ ਦੇ ਨਾਲ ਸਮਝੌਤਾ ਕੀਤਾ ਹੈ ਸੋ ਆਪਸ਼ਨ 1 ਹੈ ਯੂਨਾਈਟਿਡ ਕਿੰਗਡਮ ਆਪਸ਼ਨ 2 ਹੈ ਰੂਸ ਆਪਸ਼ਨ 3 ਹੈ ਚੀਨ ਅਤੇ ਆਪਸ਼ਨ 4 ਹੈ ਬ੍ਰਾਜ਼ੀਲ ਤਾਂ ਭਾਰਤ ਨੇ 8 ਮਿਲੀਅਨ ਪਾਉਂਡ ਦੇ 5 ਨਵੇਂ ਚਿਕਿਤਕ ਜਿਹੜੇ ਖੋਜ ਪ੍ਰੋਜੈਕਟ ਸ਼ੁਰੂ ਕੀਤੇ ਨੇ ਸਵਿਟਜ਼ਰਲੈਂਡ ਦੇ ਲਈ ਉਹਨਾਂ ਨੇ ਇੱਕ ਦੇਸ਼ ਦੇ ਨਾਲ ਜਿਹੜਾ ਸਮਝੋਤਾ ਕੀਤਾ ਹੈ ਤਾਂ ਕਿ ਉਸ ਵੱਲੋਂ ਜਿਹੜੀ ਉਸ ਨੂੰ ਹੈਲਪ ਮਿਲਦੀ ਰਹੇ ਤਾਂ ਇਹ ਦੇਸ਼ ਸੀਗਾ ਜਿਸ ਦੇ ਨਾਲ ਸਮਝੋਤਾ ਹੋਇਆ ਉਸ ਦਾ ਨਾਮ ਯੂਨਾਈਟਿਡ ਕਿੰਗਡਮ ਨੈਕਸਟ ਹੈ 148 ਨੰਬਰ ਕਿਸ ਰਾਜ ਸਰਕਾਰ ਨੇ ਹਾਲ ਹੀ ਵਿੱਚ ਇੱਕ ਮਾਸਿਕ ਅਨੇਕ ਜਿੰਦਗੀ ਯਾਨੀ ਕਿ ਇੱਕ ਮਾਸਿਕ ਦੇ ਬਹੁਤ ਸਾਰੀਆਂ ਜਾਨਾਂ ਨੂੰ ਬਚਾਉਣ ਵਾਲਾ ਜਿਹੜਾ ਲੋਕ ਜਾਗਰੂਕਤਾ ਅਭਿਆਨ ਦੀ ਸ਼ੁਰੂਆਤ ਕੀਤੀ অপਸ਼ਨ 1 ਹੈ ਮੱਧ ਪ੍ਰਦੇਸ਼ অপਸ਼ਨ 2 ਹੈ ਮਗੇ ਆਲਿਆ অপশন 3 ਹੈ ਮਜ਼ੋਰਮ অপশন 4 ਹੈ ਤਿਲਕਾਨਾ ਤਾਂ রাইਟੈਸਟ ਆਨਸਰ ਮੱਧ ਪ੍ਰਦੇਸ਼ ਮੱਧ ਪ੍ਰਦੇਸ਼ ਸਰਕਾਰ ਨੇ ਇਸ ਨਾਰੇ ਨੂੰ ਜਿਹੜਾ ਕਹਿ ਸਕਦੇ ਹੈਗੇ ਅੰਗੇ ਜ਼ੋਰ ਦਿੱਤਾ ਹੈ ਕਿ ਇੱਕ ਮਾਸਿਕ ਦੇ ਇੱਕ ਜਿੰਨੀ ਜਿੰਨੇ ਜਿਹੜਾ ਵਿਅਕਤੀ ਮਾਸਿਕ ਪਾਊਗਾ ਉਹੀ ਕਰੋਨਾ ਤੋਂ ਜਿਹੜਾ ਬਚਾਊਗਾ ਜਣੀ ਜਿਸ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਜਾਨਾਂ ਉਹ ਬਚਾਈਆਂ ਜਾ ਸਕਦੀਆਂ ਹੈਗੀਆਂ ਨੇ ਨੈਕਸਟ ਹੈ 149 ਨੰਬਰ ਪਵਨ ਹਾਂਸ ਲਿਮਟਿਡ ਨੇ ਹਾਲ ਹੀ ਵਿੱਚ ਉਡਾਨ ਯੋਜਨਾ ਦੇ ਤਹਿਤ ਕਿਸ ਰਾਜ ਵਿੱਚ ਹੈਲੀਕਾਪਟਰ ਸੇਵਾ ਦੀ ਸ਼ੁਰੂਆਤ ਕੀਤੀ ਹੈ অপਸ਼ਨ 1 ਹੈ ਮਹਾਰਾਸ਼ਟਰ অপਸ਼ਨ 2 ਹੈ ਮੱਧ ਪ੍ਰਦੇਸ਼ অপਸ਼ਨ 3 ਹੈ ਹਰਿਆਣਾ অপਸ਼ਨ 4 ਹੈ ਉੜੀਸਾ ਪਵਨ ਹਾਂਸ ਲਿਮਟਿਡ ਜਿਹੜੀ ਹੈਗੀ ਹੈ ਸੋ ਇਸ ਨੇ ਉਡਾਨ ਦੇ ਲਈ ਜਿਹੜਾ ਸਿਸਟਮ ਸ਼ੁਰੂ ਕੀਤਾ ਹੈ ਸਿਸ ਰਾਜ ਦਾ ਨਾਮ ਹੈ ਉੜੀਸਾ ਜਿੱਥੇ ਕਿ ਹੈਲੀਕਾਪਟਰ ਸੇਵਾ ਜਿਹੜੀ ਹੈ ਉਹ ਰਾਜ ਦੇ ਵਿੱਚ ਸ਼ੁਰੂ ਕੀਤੀ ਗਈ ਹੈਗੀ ਨੈਕਸਟ ਹੈ 150 ਨੰਬਰ ਕੇਂਦਰੀ ਗ੍ਰਹਿ ਮੰਤਰੀ ਜਤੈਂਦਰ ਸਿੰਘ ਦੇ ਅਨੁਸਾਰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸੈਕੰਡ ਵਿੱਚ ਕਾਰਜਗੁਜ਼ਾਰੀ ਦੇ ਮਾਮਲੇ ਵਿੱਚ ਕਿਹੜੇ ਰਾਜ ਜਾਂ ਕੇਂਦਰ ਸ਼ਾਸਿਤ ਦੇਸ਼ ਨੇ ਸਿਖਰਲਾ ਸਥਾਨ ਜਿਹੜਾ ਉਹ ਪ੍ਰਾਪਤ ਕੀਤਾ ਹੈ ਸੋ ਆਪਸ਼ਨ 1 ਹੈ ਹਿਮਾਚਲ ਪ੍ਰਦੇਸ਼ ਆਪਸ਼ਨ 2 ਹੈ ਤਾਮਿਲਨਾਡੂ ਆਪਸ਼ਨ 3 ਹੈ ਸਿੱਕਮ ਅਤੇ ਆਪਸ਼ਨ 4 ਹੈ ਜੰਮੂ ਅਤੇ ਕਸ਼ਮੀਰ द राइटस्ट आंसर ए ऑप्शन केंद्रीय गृह मंत्री जतेन्द्र सिंह के अनुसार प्रधानमंत्री ग्राम सड़क योजना ਦੇ ਵਿੱਚ ਕਾਰਗੁਜ਼ਾਰੀ ਦੇ ਮਾਮਲੇ ਦੇ ਵਿੱਚ ਸਭ ਤੋਂ ਸਿਖਰਲਾ ਸਥਾਨ ਜਿਹੜਾ ਪ੍ਰਾਪਤ ਕੀਤਾ ਉਹ ਹਿਮਾਚਲ ਪ੍ਰਦੇਸ਼ ਰਾਜ ਨੇ ਕੀਤਾ ਹੈ ਛੜਕਾਂ ਦੇ ਪੱਖੋਂ ਨੈਕਸਟ ਹੈ 152 ਨੰਬਰ ਉਹ ਮੰਤਰਾਲਾ ਲੱਭੋ ਜਿਸ ਨੇ 66ਵੇਂ ਸੰਸਕਰਣ ਵਿੱਚ ਆਈਟੀ योग स्कॉलरशिप योजना राही कबाइलियन दे सशक्तिकरण ਲਈ ਡਿਜੀਟਲ ਇੰਡੀਆ ਸ਼੍ਰੇਣੀ ਵਿੱਚ ਸਕੋਚ ਗੋਲਡਸ ਅਵਾਰਡ ਪ੍ਰਾਪਤ ਕੀਤਾ ਆਪਸ਼ਨ 1 ਹੈ ਗ੍ਰਹਿ ਮੰਤਰਾਲੇ ਆਪਸ਼ਨ 2 ਹੈ ਮਰੂਕੀ ਸੰਸਾਧਨ ਵਿਕਾਸ ਮੰਤਰਾਲੇ ਆਪਸ਼ਨ 3 ਹੈ ਕਬੈਲੀ ਮਾਮਲੇ ਮੰਤਰਾਲੇ ਅਤੇ ਆਪਸ਼ਨ 4 ਹੈ ਵਨਜ ਅਤੇ ਅਦਯੋਗ ਮੰਤਰਾਲਾ ਠੀਕਸਟ ਅਨਸਰ ਸੀ ਆਪਸ਼ਨ ਕਬੈਲੀ ਮਾਮਲੇ ਮੰਤਰਾਲਾ ਹੈ ਜਿਸ ਨੇ ਕਿ 66ਵੇਂ ਸੰਸਕਰਨ ਦੇ ਵਿੱਚ IT ਯੋਗ ਸਕਾਲਰਸ਼ਿਪ ਯੋਜਨਾ ਰਾਹੀਂ ਕਬੈਲੀਆਂ ਦੇ ਜਿਹੜੇ ਇਲਾਕੇ ਨੇ ਕਬਾਇਲੀ ਜਿਹੜੇ ਆ ਜਾਂਦੇ ਹੈਗੇ ਨੇ ਗੇ ਉਹਨਾਂ ਦੇ ਸਸਤੀ ਕਰਨ ਦੇ ਲਈ ਡਿਜੀਟਲ ਇੰਡੀਆ ਸ਼੍ਰੋਣੀ ਜਿਹੜੀ ਉਹ ਪੀਜੀ ਹੈ ਪ੍ਰਾਪਤ ਕੀਤੀ ਹੈ ਔਰ ਉਸੇ ਦੇ ਲਈ ਉਹਨਾਂ ਨੂੰ ਸਕੋਚ 골ਡ ਅਵਾਰਡ ਜਿਹੜਾ ਮਿਲਿਆ ਹੈ ਕਾਕਾ ਨੈਕਸਟ ਹੈ 152 ਨੰਬਰ ਬਾਲਕ ਚੇਨ ਆਧਾਰਿਤ ਜਾਇਦਾਦ ਰਜਿਸਟ੍ਰੇਸ਼ਨ ਪ੍ਰੋਜੈਕਟ ਲਈ ਕਿਸ ਰਾਜ ਸਰਕਾਰ ਨੇ ਸਕੋਚ 골ਡ ਅਵਾਰਡ ਪ੍ਰਾਪਤ ਕੀਤਾ ਹੈ ਆਪਸ਼ਨ ਇੱਕ ਹੈ ਗੁਜਰਾਤ অপশন 2 ਹੈ ਆਂਧਰਾ ਪ੍ਰਦੇਸ਼ অপশন 3 ਹੈ ਤੇਲਗਾਨਾ ਅਤੇ অপশন 4 ਹੈ ਪੰਜਾਬ ਤਾਂ ਲਾਸਟ ਜਿਹੜਾ ਵਰਡ ਮਿਲਿਆ ਸੀ ਸੋ ਇਸ ਵਰਡ ਦੇ ਵਿੱਚ ਪ੍ਰਾਪਤੀ ਜਿਹੜੀ ਕੀਤੀ ਹੈ ਉਹ ਤੇਲਗਾਨਾ ਰਾਜ ਨੇ ਪ੍ਰਾਪਤ ਕੀਤੀ ਹੈਗੀ ਹੈਗੀ ਜੋ ਕਬੈਲੀ ਪੱਦਰ ਦੇ ਉੱਪਰ ਕੀਤੀ ਹੈ ਨੈਕਸਟ ਹੈ 153 ਨੰਬਰ ਕਿਸ ਰਾਜ ਸਰਕਾਰ ਨੂੰ 68ਵੇਂ ਸੰਸਕਰਣ ਵਿੱਚ ਡਿਜੀਟਲ ਇੰਡੀਆ ਸ਼੍ਰੇਣੀ ਵਿੱਚ ਕੋਚ ਪਲੇਟਿਨਮ ਪੁਰਸਕਾਰ ਮਿਲਿਆ ਹੈ অপਸ਼ਨ 1 ਹੈ ਕਰਨਾਟਕਾ অপশন 2 ਹੈ ਪੱਛਮੀ ਬੰਗਾਲ অপশন 3 ਹੈ ਤੇਲਗਾਨਾ ਅਤੇ অপশন 4 ਹੈ ਛਤੀਸਗੜ ਰਾਈਟਸਟ ਅਨਸਰ ਬੀ অপশন ਪੱਛਮੀ ਬੰਗਾਲ ਹੈ ਜਿਸ ਨੂੰ ਡਿਜੀਟਲ ਇੰਡੀਆ ਲੀਜ ਰੀਡਿੰਗ ਦੇ ਵਿੱਚ ਕੋਚ ਪਲੇਟਿਨਮ ਪੁਰਸਕਾਰ ਜਿਹੜਾ 66ਵੇਂ ਸੰਸਕਰਨ ਦੇ ਵਿੱਚ ਮਿਲਿਆ ਹੈ ਨੈਕਸਟ ਹੈ ਚਿਰੰਜਾ ਨੰਬਰ ਉਸ ਦੇਸ਼ ਦਾ ਨਾਮ ਦੱਸੋ ਜੋ ਕੋਵਿਡ 19 ਲਈ 30 ਸਕਿੰਟ ਦੇ ਵਿੱਚ ਤੇਜ਼ੀ ਨਾਲ ਜਾਂਚ ਵਿਕਸਿਤ ਕਰਨ ਲਈ ਭਾਰਤ ਦਾ ਸਹਿਯੋਗ ਕਰਦਾ ਹੈ অপশন 1 ਹੈ ਯੂਏਈ অপশন 2 ਹੈ ਇਜ਼ਰਾਈਲ অপশন 3 ਹੈ ਕੁਵੈਤ ਅਤੇ অপশন 4 ਹੈ ਮਿਸਰ ਰਾਈਟਸਟ ਅਨਸਰ ਬੀ ਆਪਸ਼ਨ ਇਜ਼ਰਾਈਲ ਦੇਸ਼ਾ ਜਿਸ ਨੇ ਕੋਵਿਡ 19 ਦੇ ਲਈ 30 ਸੈਕਿੰਡ ਦੇ ਵਿੱਚ ਤੇਜ਼ੀ ਨਾਲ ਜਾਂਚ ਵਿਕਸਿਤ ਕਰਨ ਦੇ ਲਈ ਭਾਰਤ ਨੂੰ ਬਹੁਤ ਵੱਡਾ ਸਹਿਯੋਗ ਉਹ ਦਿੱਤਾ ਸੀ ਤਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਫਾਈਂਡ ਆਊਟ ਕਰਕੇ ਇਹਨਾਂ ਦਾ ਜਿਹੜਾ ਇਲਾਜ ਉਹ ਕੀਤਾ ਜਾ ਸਕੇ ਨੈਕਸਟ ਹੈ 155 ਨੰਬਰ ਹਰਿਆਣਾ ਦੇ ਜੰਗਲਾਤ ਵਿਭਾਗ ਨੇ ਹਾਲ ਹੀ ਵਿੱਚ ਅਰਾਵਲਾਈਜ਼ ਅਰਾਵਲਿਸ ਵਿੱਚ ਹਰਾ ਖਬਰ ਵਧਾਉਣ ਲਈ ਹਵਾਈ ਵਿਜਾਈ ਲਈ ਡਰੋਨ ਦੀ ਵਰਤੋਂ ਕੀਤੀ ਹੈ ਕਿਸ ਆਈਟੀਆਈ ਨੇ ਵਿਜਾਈ ਡਰੋਨ ਤਿਆਰ ਕੀਤਾ ਹੈ অপਸ਼ਨ 1 ਹੈ ਆਈਟੀਆਈ ਦਿੱਲੀ অপਸ਼ਨ 2 ਹੈ ਆਈਟੀਆਈ ਬੰਬਈ অপਸ਼ਨ 3 ਹੈ ਆਈਟੀਆਈ ਮੁੰਦਰਾਸ ਅਤੇ অপਸ਼ਨ 4 ਹੈ ਆਈਟੀਆਈ ਕਨਪੁਰ ਤਾਂ ਹਰਿਆਣੇ ਦੇ ਵਿੱਚ ਜੰਗਲਾਤ ਵਿਭਾਗ ਦਾ ਜਿਹੜਾ ਕਹਿ ਸਕਦਾ ਹਾਂ ਦੇ ਤੀਨ ਉਹਨਾਂ ਨੂੰ ਹਰਿਆਲੀ ਜਿਹੜੀ ਉਹ ਵਧਾਉਣ ਦੇ ਲਈ ਵਿਜਾਈ ਦੇ ਲਈ ਉਹਨਾਂ ਨੇ ਡਰੋਨ ਦੀ ਵਰਤੋਂ ਕੀਤੀ ਹੈ ਤਾਂ ਇਹ ਜਿਹੜੀ ਡਰੋਨ ਮਸ਼ੀਨ ਜਿਹੜੀ ਬਣਾਈ ਗਈ ਹੈ ਬਜਾਈ ਦੇ ਲਈ ਤਾਂ ਇਹ ਆਈਟੀ ਕਾਨਪੁਰ ਦੇ ਵੱਲੋਂ ਬਣਾਈ ਗਈ ਮਸ਼ੀਨ ਸੀ ਜ ਜਾਂ ਡਰੋਨ ਸੀ ਨੈਕਸਟ ਹੈ 125 ਨੰਬਰ ਫੁੱਟਬਾਲਰ ਬੈਂਟਿੰਗਨ ਹੋਬਿਡੀਸ ਜਿਸ ਨੇ ਹਾਲ ਹੀ ਵਿੱਚ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਹੈ ਕਿਸ ਦੇਸ਼ ਨਾਲ ਸੰਬੰਧਤ ਹੈ অপਸ਼ਨ 1 ਹੈ ਪੁਰਤਗਾਲ অপਸ਼ਨ 2 ਹੈ ਅਰਜנטיਨਾ অপਸ਼ਨ 3 ਹੈ ਏਸ਼ੀਆ ਅਤੇ অপਸ਼ਨ 4 ਹੈ ਜਰਮਨੀ ਫੁੱਟਬਾਲਰ ਬੈਨਿਕ ਡਿਕਟ ਹੋਬਿਡੀਸ ਹੈ ਜਿਹੜਾ ਸੀ जिसने के हुने हुने है, है। है? है 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 होने होने ਜਿਹੜਾ ਕਹਿ ਸਕਦੇ ਆ ਜਾਂ ਹਾਲੇ ਦੇ ਵਿੱਚ ਰਿਟਾਇਰਮੈਂਟ ਦੀ ਕੋਸ਼ਿਸ਼ ਨਹੀਂ ਕੀਤੀ ਹੈ ਤਾਂ ਇਹ ਹੈ ਜਰਮਨੀ ਦੇਸ਼ ਦੇ ਨਾਲ ਸੰਬੰਧਿਤ ਫੁੱਟਬਾਲਰ ਨੈਕਸਟ ਹੈ 1657 ਨੰਬਰ ਗ੍ਰੀਨ ਲਾਈਟਸ ਲੇਖ ਵਾਲੀ ਕਿਤਾਬ ਕਿਸ ਨੇ ਲਿਖੀ ਹੈ অপਸ਼ਨ 1 ਹੈ ਐਡਰੀਓ ਸੀਨਗੀਰ ਨੇ অপਸ਼ਨ 2 ਹੈ ਕੈਦਰਨ ਹੈਬਰਨ ਨੇ অপਸ਼ਨ 3 ਹੈ ਮੈਥਿਊ ਮਕੋਨੇਗ ਨੇ অপਸ਼ਨ 4 ਹੈ ਬਿਗ ਜੂ ਹੋਨੇ ਰਾਈਟੈਸਟ ਅਨਸਰ ਸੀ ਆਪਸ਼ਨ ਮੈਥਿਊ ਮੋਕੋਨੋਗੀ ਹੈ ਜਿਸਨੇ ਗ੍ਰੀਨ ਲਾਈਟਸ ਲੇਕਰ ਦੀ ਜਿਹੜੀ ਆਪਣੀ ਕਿਤਾਬ ਉਹ ਲਿਖੀ ਹੈ ਨੈਕਸਟ ਹੈ 158 ਨੰਬਰ ਸਾਸ ਕਾਂਸਾ ਵੱਲੋਂ ਜਿਨ੍ਹਾਂ ਦਾ ਹਾਲ ਹੀ ਵਿੱਚ ਸਵਰਗਵਾਸ ਹੋ ਗਿਆ ਸੀਗਾ ਸੋ ਇਹ ਪ੍ਰਸਿੱਧ ਸੀ ਆਪਸ਼ਨ 1 ਹੈ ਰਾਜਨੀਤਾ ਦੇ ਲਈ ਆਪਸ਼ਨ 2 ਹੈ ਲੇਖਕ ਦੇ ਲਈ ਆਪਸ਼ਨ 3 ਹੈ ਆਰਕੀਟੈਕਟਰ ਦੇ ਲਈ ਆਪਸ਼ਨ 4 ਹੈ ਆਰਕੀਟੈਕਟ ਲਈ ਤਾਂ ਕਾਂਡਾਸਾ ਜਿਹੜਾ ਇਹਨਾਂ ਦਾ ਸਵਰਗਵਾਸ ਹੋ ਗਿਆ ਸੀ ਸੋ ਇਹ ਪ੍ਰਸਿੱਧ ਸੀਗੇ ਲੇਖਕ ਦੇ ਨਾਮ ਨਾਲ ਯਾਨੀ ਕਿ ਲੇਖਕ ਸੀਗੇ ਪਿੱਛੇ ਤੋਂ ਨੈਕਸਟ ਹੈ 108 ਨੰਬਰ ਪ੍ਰਵੇਜ ਖਾਨ ਜਿਨ੍ਹਾਂ ਦਾ ਜੁਲਾਈ 2020 ਦੇ ਵਿੱਚ ਸਵਰਗਵਾਸ ਹੋ ਗਿਆ ਸੀ ਇੱਕ ਪ੍ਰਸਿੱਧ ਸੀ অপਸ਼ਨ 1 ਹੈ ਐਕਸ਼ਨ ਡਾਇਰੈਕਟਰ অপਸ਼ਨ 2 ਹੈ ਰਾਜਨੀਤਾ অপਸ਼ਨ 3 ਹੈ ਲੋਕ ਨ੍ਰਿਤਕ ਅਤੇ অপਸ਼ਨ 4 ਹੈ ਪੌਪ ਗਾਇਕ ਤਾਂ ਪ੍ਰਵੇਜ ਖਾਨ ਸੀ ਜਿਨ੍ਹਾਂ ਦੀ ਡੈਥ ਹੋਈ ਹੈ 2020 ਦੇ ਵਿੱਚ ਸੋ ਇਹ ਇੱਕ ਐਕਸ਼ਨ ਡਾਇਰੈਕਟਰ ਸੀਗੇ ਨੈਕਸਟ ਹੈ 160 ਨੰਬਰ ਵਿਸ਼ੇਵ ਸਤੰਪਾਨ ਹਫਤਾ ਹਰ ਸਾਲ 1 ਅਗਸਤ ਤੋਂ ਲੈ ਕੇ 7 ਅਗਸਤ ਤੱਕ ਜਿਹੜਾ ਮਨਾਇਆ ਜਾਂਦਾ ਹੈ ਸੋ ਵਿਸ਼ਵ ਸਤਪਾਣ ਹਫਤਾ ਜਿਹੜਾ ਉਹ 2020 ਦਾ ਵਿਸ਼ਾ ਕੀ ਸੀਗਾ অপਸ਼ਨ 1 ਹੈ ਇੱਕ ਸਿਹਤਮੰਦ ਗ੍ਰਹਿ ਲਈ ਸਤਪਾਣ ਨੂੰ ਸਮਰਥਨ ਦਿਓ অপਸ਼ਨ 2 ਹੈ ਮਾਪਿਆਂ ਨੂੰ ਸ਼ਕਤੀਸ਼ਾਲੀ ਬਣਾਓ ਸਤਪਾਣ ਨੂੰ ਜੋਗ ਬਣਾਓ অপਸ਼ਨ 3 ਹੈ ਸਤਨਪਾਨ ਜੀਵਨ ਦੀ ਬੁਨਿਆਦ অপਸ਼ਨ 4 ਹੈ ਸਤਨਪਾਨ ਨੂੰ ਇਕੱਠੇ ਕਾਇਮ ਰੱਖਦੇ ਹੋਏ ਸੋ ਰਾਈਟ ਅਸਰ ਦਾ ਆਨਸਰ ਇਹ ਆਪਸ਼ਨ ਸੋ 2020 ਦਾ ਵਿਸ਼ਾ ਜਿਹੜਾ ਇਹਨਾਂ ਦਾ ਰਿਹਾ ਹੈ ਡਬਲਯੂ ਬੀ ਡਬਲਯੂ ਆ 2020 ਦਾ

साफ्टवेयर दो हज़ार भी चौथे संस्करणाले का उद्घाटन जो किसने किया है अमित शाह ने ऑप्शन दो है नरेंद्र मोदी ने ऑप्शन तीन है रामेश प्रोक्रियल निश्क ने ऑप्शन चार है रामनाथ कोविंद ने राइट आंसर सी ऑप्शन रामेश प्रोक्रियल निश्क ने किया विश्व के सब तो वे ऑनलाइन है समार्टव इंडियन इंडिया है सॉफ्टवेयर का संस्करण या उद्घाटन ज नेक्स्ट है एक नंबर उस व्यक्ति का नाम दसो जिसने विद्यार्थी विज्ञान मंथन दो हज़ार भी इक्की लॉन्च किया ऑप्शन एक की की था। है प्रकाश जावेडकर ऑप्शन दो है नरेंद्र मोदी ऑप्शन तीन है प्रहलाद पटा पटेल ऑप्शन चार है हर्षवर्धन राइट आंसर डी ऑप्शन हर्षवर्धन ने उस विद्यार्थी विज्ञान मंथन का जरा दो लॉन्च किया है नैक्सट है एक नंबर ਕਿਸ ਵਿਭਾਗ ਨੇ ਰਾਸ਼ਟਰੀ ਪ੍ਰਯੋਗਸ਼ਾਲਾਵਾਂ ਅਤੇ ਕਲੀਨਿਕ ਸੰਗਠਨ ਦੇ ਸਹਿਯੋਗ ਨਾਲ ਪੈਨ ਇੰਡੀਆ ਇੱਕ ਹਜ਼ਾਰ ਸਾਰਸ ਕੋਵੀ ਟੂ ਆਰ ਆਰ ਐਨ ਏ ਜੀਨੋ ਸਕਿਊਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਆਪਸ਼ਨ ਇੱਕ ਹੈ ਕੈਮੀਕਲ ਅਤੇ ਪੈਟਰੋਕੈਮੀਕਲ ਵਿਭਾਗ ਆਪਸ਼ਨ ਦੋ ਹੈ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਆਪਸ਼ਨ ਤਿੰਨ ਹੈ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਅਤੇ ਆਪਸ਼ਨ ਚਾਰ ਹੈ ਬਾਇਓਟੈਕਨੋਲੋਜੀ ਵਿਭਾਗ ਰਾਈਟ ਇਸ ਦਾ ਆਨਸਰ ਸੀ ਡੀ ਆਪਸ਼ਨ ਬਾਇਓਟੈਕਨੋਲੋਜੀ ਵਿਭਾਗ ਨੇ ਇਸ ਦੀ ਸ਼ੁਰੂਆਤ ਜਿਹੜੀ ਉਹ ਕੀਤੀ ਹੈ ਨੈਕਸਟ ਹੈ 165 ਨੰਬਰ ਐਮਐਸਮੀ ਮੰਤਰੀ ਦਾ ਨਾਮ ਦੱਸੋ ਜਿਸ ਨੇ ਖਾਦੀ ਅਤੇ ಗ್ರಾಮ ਉਦਯੋਗ ਅਯੋਗ ਦੁਆਰਾ ਪ੍ਰਸਤਾਵ ਖਾਦੀ ਅਗਰਵਤੀ ਆਤਮ ਨਿਰਭਰ ਮਿਸ਼ਨ ਨੂੰ ਪ੍ਰਵਾਨਗੀ ਦਿੱਤੀ ਹੈ অপਸ਼ਨ 1 ਹੈ ਨਰਿੰਦਰ ਮੋਦੀ অপਸ਼ਨ 2 ਹੈ ਨਿਤਨ ਗਟਕਰੀ অপਸ਼ਨ 3 ਹੈ ਨਿਰਮਲਾ ਸੀ타 ਰਮਨ অপਸ਼ਨ 4 ਹੈ ਐਸ ਜੈ ਸੰਕਰ ਤੇ ਰਾਈਟ ਅਸਰ ਅਨਸਰ ਬੀ অপਸ਼ਨ ਨਿਤਨ ਗਟਕਰੀ ਹੈ ਜਿਸ ਨੇ ਐਮਐਸਮੀ ਮંત્રી ਦਾ ਜਿਹੜਾ ਕਹਿ ਸਕਦੇ ਆ ਨਾਮ ਜਿਸ ਨੇ ਖਾਦੀ ਅਤੇ ಗ್ರಾಮ ਉਦਯੋਗ ਦੀ ਪ੍ਰਸਤਾਵਤ ਖਾਦੀ ਅਗਰਭਤੀ ਆਤਮ ਨਿਰਪਰਮ ਮਿਸ਼ਨ ਨੂੰ ਸ਼ੁਰੂ ਕੀਤਾ ਹੈ ਜਾਂ ਪ੍ਰਵਾਨਗੀ ਕੀਤੀ ਹੈ। ਸਵਾਇਦੇ ਸੈਸ਼ਨ ਦੇ ਵਿੱਚ ਇਹ ਨਹੀਂ ਕੁਐਸਚਨ ਸਵਾਸ ਕਰਦਾ ਕਿ ਸਭ ਦੇ ਲਈ ਹੈ ਫੋਲੋ ਰਹਿਣਗੇ ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣ ਨੂੰ ਤੁਸੀਂ ਨਾ ਭੁੱਲਿਆ ਕਰੋ ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮੱਚ।